ਅਮਰਿਤਪਾਲ ਸਿੰਘ ਕਹਿੰਦੇ ਕਿ ਇੱਕ ਨੌਜਵਾਨ ਮੁੰਡਾ ਕੋਈ 28 ਕੁ ਸਾਲਾਂ ਦਾ ਕਹਿੰਦੇ ਆਇਆ ਤੇ ਉਹਨੇ ਵਕਤ ਪਾ ਕੇ ਰੱਖ ਦਿੱਤਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਅਮਰਿਤਪਾਲ ਸਿੰਘ ਜੀ ਆ ਉਹਨਾਂ ਨੇ ਇੱਕ ਗੱਲ ਕੀਤੀ ਆ ਹੱਕ ਸੱਚ ਦੀ ਜੀ ਜੀ ਜੇ ਤਾਂ ਹੱਕ ਸੱਚ ਦੀ ਗੱਲ ਕਰਦੇ ਆ ਹਿੰਦੁਸਤਾਨ ਦੀ ਸਰਕਾਰ ਨੂੰ ਉਹ ਚੁੱਪਦੀ ਆ ਕਿਉਂ ਚੁੱਪਦੀ ਆ ਉਹ ਇਸ ਕਰਕੇ ਚੁੱਬਦੀ ਆ ਕਿ ਅਸੀਂ ਆਪਣੇ ਰਾਜ ਦੀ ਗੱਲ ਕਰਦੇ ਆ ਹੂੰ ਜੇ ਅਸੀਂ ਰਾਜ ਨੂੰ ਛੱਡ ਦਈਏ ਹੂੰ ਤੇ ਜੋ ਮਰਜ਼ੀ ਕਰੀ ਜਾਈਏ ਉਹਨਾਂ ਨੂੰ ਕੋਈ ਨਹੀਂ ਚੁੱਬਦਾ ਅੱਛਾ ਤੇ ਇਸੇ ਤਰ੍ਹਾਂ ਜਿਹੜੀ ਤੁਸੀਂ ਪਹਿਲਾਂ ਭੂਮਿਕਾ ਦੇ ਵਿੱਚ ਵੀ ਗੱਲ ਕੀਤੀ ਆ ਕਿ 1984 ਦੇ ਵਿੱਚ ਹੂੰ ਇੰਦਰਾ ਗਾਂਧੀ ਨੇ ਹੂੰ ਸੰਤਾ ਨੂੰ ਪ੍ਰਮੋਟ ਕੀਤਾ ਹੂੰ ਕਿਉਂਕਿ ਉਹ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀ ਸੀ ਅੱਛਾ ਉਹ ਉਸ ਵੇਲੇ ਉਹਨਾਂ ਨੇ ਸੰਤਾਂ ਨੂੰ ਯੂਜ਼ ਕਰਨ ਲਈ ਇਹ ਪ੍ਰੋਗਰਾਮ ਬਣਾਇਆ ਸੀ ਜਿਹਦੇ ਵਿੱਚ ਦਲ ਖਾਲਸਾ ਦੇ ਮੁੰਡਿਆਂ ਨੂੰ ਵੀ ਚੁਣਿਆ ਗਿਆ ਵਿੱਚ ਹੀ ਸੰਤਾਂ ਨੂੰ ਚੁਣਿਆ ਗਿਆ ਲੇਕਿਨ ਉਹ ਦਲ ਖਾਲਸਾ ਦੇ ਮੁੰਡੇ ਜਿਹੜੇ ਆ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਕੰਮ ਵੀ ਕੀਤੇ ਪਰ ਉਹਨਾਂ ਦੇ ਫਿੱਟ ਨਹੀਂ ਬੈਠੇ ਅੱਛਾ ਹਿੰਦੁਸਤਾਨ ਦੀ ਸਰਕਾਰ ਦੇ ਫਿੱਟ ਨਹੀਂ ਸੀ ਹੂੰ ਤੇ ਇਸੇ ਚੀਜ਼ ਨੂੰ ਲੈ ਕੇ ਉਹਨਾਂ ਨੇ ਇੰਦਰਾ ਗਾਂਧੀ ਨੇ 1984 ਦੇ ਵਿੱਚ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸਾਰਾ ਪੰਜਾਬ ਸੀਲ ਕੀਤਾ ਹੂੰ ਇਸ ਗੱਲ ਨੂੰ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਕਿ ਸਾਰਾ ਪੰਜਾਬ ਤੇ ਮੀਡੀਆ ਹੂੰ ਮੀਡੀਆ ਕਿਕ ਆਊਟ ਕਰ ਦਿੱਤਾ ਪੰਜਾਬ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਮਿਲਟਰੀ ਲਿਆ ਕੇ ਉਹਨੂੰ ਸੀਲ ਕੀਤਾ ਤੇ ਇਹਦੀ ਐਗਜ਼ਾਮਪਲ ਹੋਰ ਕਿਸੇ ਵੀ ਮੁਲਕ ਦੇ ਵਿੱਚ ਨਹੀਂ ਮਿਲਦੀ